मेरी कोशिश यही होंगी है कि जी जिस तरह मेरी पिछले फैमिली राजी है मैं उन्होंने उस तरह ही राजी करा बेशक। तो अज इन्हों वास्ते कुछ मेरे को अंदाज आई सी दोबारा फिर तो फिर इन्हों देख जाने खलाने जी बची है मजदूर बेचारी हुई है इन्हों होर खाला जी कितने बाजी दरवाजा जी बेचारिया साथी ने और भाई ने कहा कि अस भाई जी बोती का बोती का दुख जलिया हुआ और लत जली हुई है पैर जलिया हुआ उन्होंने साड़ी जी अमदाद पैसे उन्होंने दे के आने तो इतने पहुँच गया है बच्ची बैठी है खाला होनी भी बैठे हाँ जी उन्होंने अमानत उन्हें घर पहुँचाने से हाँ जी बिल्कुल अमानत जी इन्हों की अमानत जी इन्हों की अमानत इन्हों तीर पहुँचती है हाँ जी तो जिमें जिमें अगे अगे अमानत हैगी है वह अमानत उ पहुँच इन शाला ठीक हो गया जी ऐ खाला जी चार पांच छः सात आठ नौ दस दस हज़ार रुपया जी बेसहारी पर्दा दे मेरी बच्ची ने सिरा दिन कलियां रहनिया
ਮੇਰਾ ਦੁਨੀਆ ਤੇ ਕੋਈ ਸਹਾਰਾ ਨਹੀਂ ਅੱਲਾਹ ਤਾਲਾ ਦੇ ਰਸੂਲ ਦਾ ਕੋਈ ਹੋਵੇ ਮੈਨੂੰ ਬੜੀ ਤੰਗੀ ਆ ਚਾਰ ਦੁਆਰੀ ਅੱਲਾਹ ਮੈਂ ਕਰਕੇ ਦੁਆ ਕਰਾਂ ਦੁਆ ਕਰ ਸਣੀ ਦੁਆ ਕਰ ਮੈਨੂੰ ਬੜੀ ਤੰਗੀ ਚਾਰ ਦੁਆਰੀ ਮੈਂ ਦੁਆ ਕਰ ਸਣੀ ਮੈਂ ਕਰਕੇ ਭਲਾ ਹੋਵੇ ਬੱਚਿਆਂ ਦਾ ਭੈਣਾ ਭਰਾਵਾਂ ਦਾ ਜਿਹੜੀ ਮੇਰੀ ਮਦਦ ਕਰਦੇ ਤੇ ਮੇਰੇ ਤੇ ਕਰਮਾਂ ਵਾਲੇ ਪਹੁੰਚਾਉਂਦੇ ਅੱਲਾਹ ਮੈਨੂੰ ਜ਼ਿੰਦਗੀ ਤੰਦਰੁਸਤੀ ਦੇ ਆਮੀਨ ਦੇ ਨਾਲਿਆਂ ਨੂੰ ਇੱਕ ਲੋ ਨਾਲਿਆਂ ਨੂੰ ਆਮੀਨ ਅੱਲਾ ਪਾਕ ਦੂਰ ਕਰੇ ਤਰੰਗੇ ਸੁਨੇ ਰੱਬ ਜੀਤੇ ਹਾਂਜੀ ਇਨਸ਼ਾਅੱਲਾ ਰੋਜ਼ ਮੁਸ਼ਕਲਾਂ ਸਾਨ ਕਰੇ ਬਸੋ ਮੇਰੇ ਭੈਣ ਭਈਆਂ ਵਾਸਤੇ ਵੀ ਇੱਕ ਦਫਾ ਹੱਥ ਉਠਾ ਕੇ ਦੁਆ ਕਰ ਛੱਡੋ ਕਿ ਅੱਲਾ ਪਾਕ ਸਾਰੇ ਨੂੰ ਸਿਹਤ ਤੰਦਰੁਸਤੀ ਦੇ ਅੱਲਾ ਸੋਹਣਿਆ ਜਿਨ੍ਹਾਂ ਨੇ ਮੈਨੂੰ ਦੁਆ ਲਈ ਕੱਲੇ ਉਹਨਾਂ ਨੂੰ ਬਹੁਤੇ ਤੋਂ ਬਹੁਤਾ ਦੇ ਦੁਆ ਕਰ ਸੁਬਾ ਦੀ ਦੋ ਵਜੇ ਤਬੀਅਤ ਖਰਾਬ ਹੋ ਗਈ ਦੁਆ ਪੈ ਗਿਆ ਸੁਬਾ ਤੇਰੇ ਨਾਲ ਗਈ ਜਦੋਂ ਮੈਂ ਸਾਹਮਣੇ ਆ ਕਿਉਂਕਿ ਅਸੀਂ ਮੈਂ ਬੜੀ ਦੁਖੀ ਹਾਂ ਅੱਲਾ ਦੇ ਵਾਸਤੇ ਮੇਰੇ ਭੈਣਾ ਭਰਾ ਮੇਰੀ ਮਦਦ ਕਰਨ ਮੈਨੂੰ ਚਾਰ ਦੁਆਰੀ ਲਾ ਕੇ ਦੇਣ ਚਲੋ ਜੀ ਮੈਂ ਰਿਕੁਐਸਟ ਆ ਜਿਹੜੇ ਹਾਲਾਤ ਆ ਪਿਆਰੇ ਨੇ ਮੇਰੇ ਭੈਣ ਵੀ ਸਾਹਮਣੇ ਹੀ ਆ ਅੱਲਾਹ ਚੱਲਦੇ ਅੱਗੇ ਚੱਲ ਕੇ ਤੇ ਅੱਗੇ ਜੋ ਵੀ ਸੁਭਾ ਦੀ ਦੁਆ ਦੀ ਗੰਗੇ ਨੇ ਸ਼ੇਅਰ ਕਰਦੇ ਆ ਕਿਉਂਕਿ ਅੱਜ ਨਾ ਜਿਹੜੀ ਮਾਨਤ ਸੀ ਉਹਨਾਂ ਦੇ ਕੋਲ ਪਹੁੰਚ ਗਈ ਜਿਹੜੀ ਮਾਨਤ ਅਸੀਂ ਕਹਿ ਕੇ ਆਏ ਸੀ ਘਰੋਂ ਟੁਰੇ ਸੀ ਅਸੀਂ ਪਹੁੰਚਾ ਚੁੱਕੇ ਹਾਂ ਪਹੁੰਚਾ ਕੇ ਤੇ ਅਸੀਂ ਹੁਣ ਜਾ ਰਹੇ ਹਾਂ ਆਪਣੇ ਘਰ ਨੂੰ ਬਹੁਤ ਯਾਰ ਨਿੱਕੀ ਦਾ ਨਾ ਹਾਂਜੀ ਅੱਲਾਹ ਪਾਕ ਨੂੰ ਤੰਦਰੁਸਤੀ ਦੇਵੇ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਗੱਲ ਆ ਜੀ ਤੇ ਦੇਖ ਲਓ ਕਿ ਜਿਨ੍ਹਾਂ ਦੇ ਜਿਹੜੇ ਬਾਈ ਲੈ ਕੇ ਆਉਣ ਵਾਲੇ ਇੱਥੇ ਕਰਨ ਵਾਲੇ ਸਾਰਾ ਕੁਛ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਕੋਈ ਵੀ ਉਹਦਾ ਅੰਗ ਸਾਖ ਨਹੀਂ ਹੈਗਾ ਇਸ ਤਰ੍ਹਾਂ ਹੀ ਗੱਲ ਅੱਲਾਹ ਦਾ ਆਸਰਾ ਬਸ ਆਮੀਨ ਤੇ ਭਰਤੀ ਦਾ ਚਾਚੂ ਨੂੰ ਕਹਿ ਰਹੇ ਸੀ ਬਾਰ ਬਾਰ ਭਰਤੀ ਦੀ ਅਲਹਮਦੁਲਿਲਾ ਗੱਲ ਹੋ ਚੁੱਕੀ ਸੀ ਜਬਸ਼ੀਰ ਨਾਲ ਜਿਹਦੇ ਵਿੱਚ ਕਿੰਨੀ 700 ਰੁਪਏ ਲਿਖਿਆ ਗਿਆ ਸੱਤ ਸੌ ਰੁਪਏ ਦੀ ਟਰਾਲੀ ਮਿੱਟੀ ਦੀ ਔਰ ਜਿਹੜੀ ਫਰੰਟ ਪਲੇਟ ਦੇ ਨਾਲ ਮਿੱਟੀ ਅੱਗੇ ਨੀਹਾਂ ਦੇ ਵਿੱਚ ਲੈ ਕੇ ਆਉਣੀ ਆ ਉਹ 3500 ਰੁਪਇਆ 30 ਘੰਟੇ ਦੇ ਹਿਸਾਬ ਨਾਲ ਮਿੱਟੀ ਪਾਉਣੀ ਹੈ ਤਕਰੀਬਨ 10,500 ਰੁਪਈਆ ਭਰਤੀ ਦਾ ਬਣਦਾ ਔਰ ਘੰਟਾ ਡੇਢ ਘੰਟਾ ਸਮਝ ਲਓ ਵੀ ਫਰੰਟ ਪਲੇਟ ਦਾ ਵੀ ਲੱਗ ਜਾਣਾ ਹੈ ਬਾਕੀ ਭਰਤੀ ਪਵਾਉਂਦੇ ਆ ਭਰਤੀ ਪਾ ਕੇ ਸੇਮ ਸਾਰਿਆਂ ਦਾ ਬਰਾਬਰ ਹੋ ਜਾਵੇ ਜੇ ਸੇਮ ਬਰਾਬਰ ਹੋ ਜਾਏਗਾ ਤਾਂ ਇਹਨਾਂ ਦੀ ਜ਼ਿੰਦਗੀ ਦਾ ਪਿਛੜਾ ਜਿਹਾ ਸਕੂਨ ਹੋ ਜਾਏਗਾ ਕਿਉਂਕਿ ਇਹਨਾਂ ਨੇ ਕਾਫੀ ਸਾਰਾ ਸਫ਼ਰ ਕੀਤਾ ਗਿਆ ਥੱਲੇ ਲੰਘਣ ਟੱਪਣ ਨੂੰ ਜਿਹੜਾ ਮਸਲਾ ਨਾ ਬਣੇ ਜ਼ਿੰਦਗੀ ਦੇ ਵਿੱਚ 5-6 ਮਹੀਨੇ ਸਾਲ ਹੋ ਗਿਆ ਆ ਘਰ ਦੇ ਜਿਹੜੇ ਦੋ ਮਕਾਨ ਸ਼ੁਰੂ ਕੀਤੇ ਹੋਏ ਸੀ ਇਹਨਾਂ ਨੇ ਚਲੋ ਹੁਣ ਇਹ ਵੀ ਨੀਹਾਂ ਇਹਨੇ ਭਰੇਗੀਆਂ ਨੀਹਾਂ ਭਰ ਕੇ ਅਤੇ ਉੱਤੇ ਆਸਤੇ ਆਸਤੇ ਲੱਗੇ ਰਹਿਣਗੇ ਚਲੋ ਥੱਲੇ ਵਾਲਾ ਜਿਹੜਾ ਪਰ ਸੇਮ ਤਾਂ ਪੱਧਰਾ ਹੋ ਗਿਆ ਨਾ ਜਿਹਨਾਂ ਦਾ ਮੰਜੇ ਡਾਉਣ ਨੂੰ ਦੇਖਣਾ ਇੱਟਾ ਉੱਟਾ ਦੇਖ ਰਾਹ ਨੂੰ ਸਮਝਦੇ ਮਹਿਮਾਨ ਜਾਂਦਾ ਵੇ ਚੱਕ ਲਿੱਤਾ ਦੁਬਾਰ ਖੜੀ ਹੋਣੀ ਵੇਖ ਲੋ ਜਾਂਦਾ ਪਿਆ ਕੱਲ ਦੀ ਦਿਹਾੜੀ ਕੱਲ ਸਾਰੀ ਪੱਧਰੀ ਹੋਈ ਹੋਣੀ ਹੈ 9 ਵਜੇ ਨਾਲ ਤਕਰੀਬਨ ਆ ਜਾਣਗੇ ਦੱਸ ਦਿਓ 9 ਵਜੇ ਕਹਿੰਦੇ ਮੈਂ ਰੇਤ ਰੂਤ ਦੇ ਕੇ ਨਾ ਉੱਧਰ ਕਿਉਂਕਿ 9 ਵਜੇ ਆਣਗੇ ਜੀ ਕਿਉਂਕਿ ਪੈਜੇ ਸ਼ੀਰ ਦਾ ਫਸਟ ਟਾਈਮ ਹੁੰਦਾ ਉਹਨਾਂ ਦਾ ਰੇਤ ਸਿੱਟਣੀ ਹੁੰਦੀ ਉਹਨਾਂ ਨੇ ਰੇਤ ਸਿੱਟ ਕੇ ਅਤੇ ਫਿਰ ਰੇਤ ਵੇਲੇ ਹੋ ਕੇ ਫਿਰ ਭਰਤੀ ਦੇ ਉੱਤੇ ਆਉਣੀ ਅਸੀਂ ਜਦੋਂ ਦੀ ਹੋਸ਼ ਸੰਭਾਲੀ ਜੀ ਅੱਜ ਬਸ਼ੀਰ ਨੂੰ ਇੱਥੇ ਆਪਣੇ ਇਲਾਕੇ ਵਿੱਚ ਕੰਮ ਕਰਦੇ ਨੂੰ ਦੇਖਦੇ ਹਾਂ ਜੀ ਹਰ ਤਕਰੀਬਨ ਸਾਡੇ ਸ਼ਹਿਰ ਦੇ ਜਿੰਨੇ ਠੇਕੇਦਾਰ ਤਕਰੀਬਨ ਸਾਰਿਆਂ ਦਾ ਇਹਨਾਂ ਨਾਲ ਇਲਾਕਾ ਕੰਮ ਇਹਦਾ ਬਹੁਤ ਚੱਲਦਾ ਕੰਮ ਤਸੱਲੀ ਨਾਲ ਸੋਹਣਾ ਕਰਨਾ ਇਹਨਾਂ ਨੇ ਤੇ ਹੈ ਥੋੜ੍ਹੀ ਜਿਹੀ ਮਹਿੰਗੇ ਗਰੀਬ ਵਾਸਤੇ ਤਾਂ ਮਹਿੰਗੀ ਆ ਸੱਸ ਖਾਲੀ ਬਹੁਤ ਔਖੀ ਹੈ ਅੱਲਾਹ ਮਾਰ ਸਾਥੀ ਅੱਲਾਹ ਖੈਰ ਕਰੇਗਾ ਮਹਿੰਗੇ ਨੂੰ ਇੱਦਾਂ ਤੇਲ 'ਚ ਮਹਿੰਗਾ ਹੋਇਆ ਸੀਗਾ ਹਰ ਚੀਜ਼ ਤਾਂ ਮਹਿੰਗੀ ਆ ਜਿਹੜੀ ਚੀਜ਼ ਤੁਹਾਨੂੰ ਅੱਜ ਲੱਭਦੀ ਉਹ ਅੱਜ ਹੀ ਲੈ ਲਓ ਕੱਲ੍ਹ ਲੈਣ ਜਾਓਗੇ ਤੇ ਉਹ ਸਮਝ ਲਓ ਤੁਹਾਨੂੰ ਮਹਿੰਗੀ ਹੋ ਗਈ ਜੀ ਉਹ ਦੇਖੋ ਨਾ ਜਿਹੜੀ ਮੈਂ ਵੀ ਲਗਵਾਈਆਂ ਸੀ ਨਾ ਉਸ ਟਾਈਮ ਮੇਰੀ ਜਿਹੜੀ ਵੱਡੀ ਵਿੰਡੋ ਉਹ ਲੱਗੀ ਸੀ 20,000 ਦੀ ਜਿਹੜੀ ਛੋਟੀ ਕਿਚਨ ਵਾਲੀ ਵਿੰਡੋ ਲੱਗੀ ਆ ਉਹ ਲੱਗੀ ਸੀ 16,000 ਦੀ ਠੀਕ ਹੈ ਜੀ 3x4 ਦੀ ਅਤੇ 3x4 ਦੀ ਸਹੀ ਜਿਹੜੀ ਵੱਡੀਆਂ ਵਿੰਡੋ ਕਮਰਿਆਂ ਲੱਗੀਆਂ ਉਹ 5x4 ਦੀ ਪਾਈ 5x4 ਦੀਆਂ 5x4 ਦੀਆਂ ਠੀਕ ਹੈ ਜੀ ਉਹ ਵਿੰਡੋ ਲੱਗੀਆਂ ਹੁਣ ਉਹ ਸਮਝ ਆਉਂਦੇ ਘਰ ਵਿੰਡੋ ਲਵਾਈ ਆ
तीन बाई तीन दी हूँ विंडो जी 18 घर दी चाहे पी लिया चल जाए अस भी जाना उधर इन्होंने वीडियो भी इतने अपनी एंड कर दे।